ਆ ਵੇਖ ਰਹੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਮਨਜੀਤ ਕੌਰ ਤੇ ਅੱਜ ਗੱਲ ਕਰਦੇ ਹਾਂ ਜੋ ਦਿੱਲੀ ਮੋਰਚੇ ਦੇ ਅੱਜ 4 ਮਹੀਨੇ ਪੂਰੇ ਹੋ ਗਏ ਨੇ ਤੇ ਜਿਸ ਦੇ ਚੱਲਦੇ ਕਿਸਾਨਾਂ ਵੱਲੋਂ ਅੱਜ ਬੰਦ ਦਾ ਸੱਦਾ ਦਿੱਤਾ ਗਿਆ ਤੇ ਕਿਸਾਨਾਂ ਦੇ ਭਾਰਤ ਬੰਦ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਸਵੇਰ 6 ਵਜੇ ਤੋਂ ਹੀ ਕਿਸਾਨ ਸੜਕਾਂ ਤੇ ਉਤਰੇ ਹੋਏ ਨੇ ਤੇ ਕਈ ਥਾਈਂ ਹਾਈਵੇ ਜਾਮ ਕੀਤੇ ਨੇ ਤੇ ਰੇਲਵੇ ਟਰੈਕ ਤੇ ਵੀ ਕਿਸਾਨਾਂ ਨੇ ਧਰਨਾ ਲਗਾਇਆ ਹੋਇਆ ਹੈ ਹਾਲਾਂਕਿ ਐਮਰਜੈਂਸੀ ਸੇਵਾਵਾਂ ਤੇ ਕਿਸੇ ਤਰ੍ਹਾਂ ਦਾ ਕੋਈ ਪ੍ਰਭਾਵ ਨਹੀਂ ਹੈ ਤੇ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਪਰ ਇਸ ਤੋਂ ਇਲਾਵਾ ਬਾਕੀ ਸਾਰਾ ਕੁਝ ਬੰਦ ਰਹੇਗਾ ਤੇ ਸ਼ਾਮ 6 ਵਜੇ ਤੱਕ ਇਹ ਬੰਦ ਦਾ ਜੋ ਅਸਰ ਦੇਖਣ ਨੂੰ ਮਿਲੇਗਾ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਬੰਦ ਦਾ ਭਾਰਤ ਦੇ ਵਿੱਚ ਵਿਆਪਕ ਅਸਰ ਵੇਖਣ ਨੂੰ ਮਿਲ ਰਿਹਾ ਸ਼ਹਿਰ ਸ਼ਹਿਰ ਬੰਦ ਦਾ ਕਿੰਨਾ ਅਸਰ ਹੈ ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਗੱਲ ਕਰਦੇ ਹਾਂ ਜੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਤਾਂ ਲਗਾਤਾਰ ਕਿਸਾਨਾਂ ਦੇ ਵੱਲੋਂ ਜੋ ਖੇਤੀ ਕਾਨੂੰਨਾਂ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਕਿਸਾਨਾਂ ਨੂੰ ਲੋਕਾਂ ਦੇ ਵੱਲੋਂ ਸਮਰਥਨ ਵੀ ਮਿਲ ਰਿਹਾ ਅਤੇ ਜਿਸ ਦੇ ਚੱਲਦੇ ਸੁਰੱਖਿਆ ਦੇ ਵੀ ਪ੍ਰਬੰਧ ਕੀਤੇ ਗਏ ਨੇ ਪੁਲਿਸ ਪ੍ਰਸ਼ਾਸਨ ਅਲਰਟ 'ਤੇ ਨੇ ਅਤੇ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਇਸ ਮੌਕੇ ਐਮਰਜੈਂਸੀ ਸੇਵਾਵਾਂ ਪ੍ਰਭਾਵਿਤ ਨਹੀਂ ਹੋਣਗੀਆਂ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਗੁਰਦਾਸਪੁਰ ਦੀ ਤਾਂ ਗੁਰਦਾਸਪੁਰ ਦੇ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹਰ ਇੱਕ ਵਰਗ ਕਿਸਾਨਾਂ ਦੇ ਹੱਕ ਵਿੱਚ ਉਤਰਦਾ ਨਜ਼ਰ ਆ ਰਿਹਾ ਹੈ ਤਾਂ ਇਸ ਮੌਕੇ ਇਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਵੀ ਇਹ ਅਪੀਲ ਕੀਤੀ ਜਾ ਰਹੀ ਹੈ ਲੋਕਾਂ ਨੂੰ ਕਿ ਉਹ ਘਰਾਂ 'ਚੋਂ ਬਾਹਰ ਨਾ ਨਿਕਲਣ ਅਤੇ ਕਿਸਾਨ ਵੀ ਇਹੀ ਅਪੀਲ ਕਰ ਰਹੇ ਨੇ ਕਿ ਬੰਦ ਦਾ ਸਾਥ ਦਿੱਤਾ ਜਾਵੇ ਉਹਨਾਂ ਦਾ ਘਰਾਂ 'ਚੋਂ ਬਾਹਰ ਨਾ ਨਿਕਲਣ ਅਤੇ ਲੋਕ ਉਹਨਾਂ ਦੇ ਬੰਦ ਦਾ ਸਾਥ ਦੇਣ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਫਾਜ਼ਿਲਕਾ ਦੀ ਤਾਂ ਫਾਜ਼ਿਲਕਾ ਦੇ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਤਾਂ ਇਸ ਤੋਂ ਇਲਾਵਾ ਜੋ ਹੈ ਐਂਬੂਲੈਂਸ 'ਤੇ ਕੋਈ ਰੋਕ ਨਹੀਂ ਹੋਏਗੀ ਅਤੇ ਜੇਕਰ ਕੋਈ ਤੁਹਾਨੂੰ ਮੈਡੀਕਲ ਸੰਬੰਧੀ ਜਾਂ ਕੋਈ ਹੋਰ ਜ਼ਰੂਰੀ ਕੰਮ ਹੈ ਤਾਂ ਉਸਨੂੰ ਨਹੀਂ ਰੋਕਿਆ ਜਾਵੇਗਾ ਉਸਦੇ ਲਈ ਆਪਣੇ ਦਸਤਾਵੇਜ਼ ਦਿਖਾ ਕੇ ਕਿਸਾਨ ਆਗੂਆਂ ਤੋਂ ਜਾਂ ਆਗਿਆ ਲੈ ਕੇ ਜਾ ਸਕਦੇ ਹੋ ਅਤੇ ਇਸ ਤੋਂ ਇਲਾਵਾ ਘਰਾਂ 'ਚੋਂ ਬਾਹਰ ਨਾ ਨਿਕਲਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਤਾਂ ਬੰਦ ਦੌਰਾਨ ਕਿਸਾਨਾਂ ਵੱਲੋਂ ਐਮਰਜੈਂਸੀ ਸੇਵਾਵਾਂ ਨੂੰ ਛੋਟ ਹੈ ਅਤੇ ਦੇਸ਼ ਭਰ 'ਚ ਦੇਖਣ ਨੂੰ ਮਿਲ ਰਿਹਾ ਹੈ ਇਹ ਬੰਦ ਦਾ ਅਸਰ ਅਤੇ ਸ਼ਾਮ 6 ਵਜੇ ਤੱਕ ਜੋ ਹੈ ਬੰਦ ਦਾ ਇਹ ਐਲਾਨ ਕੀਤਾ ਗਿਆ ਹੈ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਹੁਸ਼ਿਆਰਪੁਰ ਦੀ ਹੁਸ਼ਿਆਰਪੁਰ ਦੇ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਹੈ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦਾ ਜੋ ਐਲਾਨ ਕੀਤਾ ਗਿਆ ਸੀ ਜਿਸ ਦੇ ਚੱਲਦੇ ਗੁਰਦਾਸਪੁਰ ਦੇ ਬਟਾਲਾ ਬਾਜ਼ਾਰ ਅਤੇ ਬੱਸ ਸਟੈਂਡ ਦੇ ਵਿੱਚ ਪੂਰਨ ਤੌਰ 'ਤੇ ਅਸਰ ਜੋ ਹੈ ਦੇਖਣ ਨੂੰ ਮਿਲਿਆ ਤਾਂ ਲਗਾਤਾਰ ਜੋ ਹੈ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਦੇਸ਼ ਵਿਆਪੀ ਕਿਸਾਨ ਅੰਦੋਲਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਭਾਰਤ ਬੰਦ ਸੱਦੇ ਦਾ ਜੋ ਹੈ ਭਰਵਾਂ ਅਸਰ ਵੇਖਣ ਨੂੰ ਮਿਲ ਰਿਹਾ ਜਿੱਥੇ ਬਾਜ਼ਾਰ ਮੁਕੰਮਲ ਬੰਦ ਨੇ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਜਲਾਲਾਬਾਦ ਦੀ ਤਾਂ ਜਲਾਲਾਬਾਦ ਦੇ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ ਜਿੱਥੇ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਨੇ ਤਾਂ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਜੋ ਹੈ ਮਿਲ ਰਿਹਾ ਤਾਂ ਇਹ ਬੰਦ ਦਾ ਅਸਰ ਜਲਾਲਾਬਾਦ 'ਚ ਵੀ ਦੇਖਣ ਨੂੰ ਮਿਲਿਆ ਅਤੇ ਦੂਜੇ ਪਾਸੇ ਪੰਜਾਬ ਪੁਲਿਸ ਦੇ ਬੰਦ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀ ਘਟਨਾ ਰੋਕਣ ਲਈ ਸੁਰੱਖਿਆ ਪ੍ਰਬੰਧਾਂ ਲਈ ਵੱਧ ਤੋਂ ਵੱਧ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਨੇ ਅਤੇ ਕਿਸਾਨਾਂ ਦੇ ਭਾਰਤ ਬੰਦ ਨੂੰ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਧਾਰਮਿਕ ਸਮਾਜਿਕ ਅਤੇ ਵਪਾਰਿਕ ਸੰਸਥਾਵਾਂ ਨੇ ਵੀ ਹਿਮਾਇਤ ਦਿੱਤੀ ਹੈ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਡੇਰਾਬੱਸੀ ਦੀ ਤਾਂ ਡੇਰਾਬੱਸੀ ਦੀ ਵੀ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਜੋ ਹੈ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤਾਂ ਇੱਥੇ ਵੀ ਬਾਜ਼ਾਰ ਮੁਕੰਮਲ ਤੌਰ 'ਤੇ ਬੰਦ ਨੇ ਤਾਂ ਭਾਰਤ ਬੰਦ ਨੂੰ ਪੂਰੀ ਤਰ੍ਹਾਂ ਸਫਲ ਬਣਾਉਣ ਲਈ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜ਼ਿਲ੍ਹੇ 'ਚ ਕਈ ਥਾਵਾਂ 'ਤੇ ਮਾਰਚ ਕੱਢ ਕੇ ਲੋਕਾਂ ਨੂੰ ਸਹਿਯੋਗ ਕੀਤਾ ਜਾ ਰਿਹਾ ਤਾਂ ਭਾਰਤ ਬੰਦ ਦਾ ਪੂਰਾ ਅਸਰ ਜੋ ਹੈ ਦੇਖਣ ਨੂੰ ਮਿਲ ਰਿਹਾ ਗਾ ਤਾਂ ਇੱਕ ਪਾਸੇ ਜਿੱਥੇ ਲਗਾਤਾਰ ਕੇਂਦਰ ਸਰਕਾਰ ਆਪਣੇ ਅੜੀਅਲ ਰਵੱਈਏ 'ਤੇ ਅੜੀ ਹੋਈ ਹੈ ਅਤੇ ਦੂਜੇ ਪਾਸੇ ਕਿਸਾਨਾਂ ਦੇ ਵੱਲੋਂ ਜੋ ਹੈ ਬੰਦ ਦਾ ਐਲਾਨ ਕੀਤਾ ਗਿਆ ਹੈ ਤਾਂ ਕਿ ਕੇਂਦਰ ਸਰਕਾਰ 'ਤੇ ਕੋਈ ਅਸਰ ਪਵੇ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੁੰਦੀਆਂ ਨੇ ਅਤੇ ਕਦੋਂ ਉਹ ਆਪਣੇ ਘਰਾਂ ਨੂੰ ਵਾਪਸ ਜਾਂਦੇ ਨੇ ਅੱਜ ਭਾਰਤ ਬੰਦ ਦੀ ਕਾਲ ਹੈ ਇਸ ਕਰਕੇ ਸਾਡੀ ਮਾਰਕੀਟ ਸਾਰੀ ਬਿਲਕੁਲ ਬੰਦ ਹੈ ਔਰ ਕਿਸਾਨਾਂ ਦੇ ਨਾਲ ਸਾਡਾ ਪੂਰਾ ਸਹਿਯੋਗ ਹੈ ਅਸੀਂ ਕਿਸਾਨਾਂ ਦੇ ਨਾਲ ਹਾਂ ਜੀ ਸਾਰੇ ਸਬਜ਼ੀ ਮੰਡੀ ਸਾਡੀ ਮੁਕੰਮਲ ਬੰਦ ਹੈ ਜੀ
असी कोई साढ़े आड़ते नहीं आया जी, ना ही साड़ा कोई रेहड़ी वाला भरा आया, ਸਾਰਿਆਂ ਨੇ ਬੰਦ ਕਰਕੇ ਰੱਖੀ ਹੋਈ ਹੈ ਜੀ। ਅਸੀਂ ਪੂਰਾ ਸਮਰਥਨ ਕੀਤਾ ਹੈ, ਪੂਰਾ ਸਮਰਥਨ ਕਰ ਰਹੇ ਹਾਂ, ਅਸੀਂ ਪੂਰਾ ਜ਼ਿਮੀਦਾਰ ਦਾ ਸਮਰਥਨ ਕਰ ਰਹੇ ਹਾਂ ਤੇ ਜ਼ਿਮੀਦਾਰ ਵੀ ਕੋਈ ਵੀ ਨਹੀਂ ਆਇਆ, ਕੋਈ ਵੀ ਆੜ੍ਹਤੀਆ ਨਹੀਂ ਆਇਆ। ਅਸੀਂ ਪੂਰੀ ਮੁਕੰਮਲ ਮੰਡੀ ਬੰਦ ਕੀਤੀ ਹੈ ਤੇ ਅਸੀਂ ਪੂਰੇ ਮਤਲਬ ਉਹਨਾਂ ਦੇ ਨਾਂ ਲੱਗੇ ਹਾਂ, ਕਿਸਾਨਾਂ ਦੇ ਨਾਂ ਲੱਗੇ ਹਾਂ। ਤੁਸੀਂ ਇੱਧਰ ਕੈਮਰਾ ਮਾੜਾ ਘੁਮਾ ਕੇ ਦੇਖ ਲਓ, ਕੋਈ ਵੀ ਬੰਦਾ, ਕੋਈ ਜ਼ਿਮੀਦਾਰ, ਕੋਈ ਵੀ ਨਹੀਂ ਇੱਧਰ, ਕੁਛ ਕੋਈ ਵੀ ਨਹੀਂ ਆਇਆ ਜੀ। ਅਤੇ ਪੂਰੀ ਮੁਕੰਮਲ ਮਤਲਬ ਹੜਤਾਲ ਫੁੱਲ ਲੱਗੀ ਅੱਜ, ਨਾ ਤਾਂ ਕੋਈ ਰੇਹੜੀ ਵਾਲਾ, ਨਾ ਕੋਈ ਜ਼ਿਮੀਦਾਰ। ਇਹ ਜੀ ਮੰਡੀ ਕਦੇ ਬੰਦ ਨਹੀਂ ਹੋਈ ਸੀ ਜੀ, ਅੱਜ ਬੰਦ ਹੋਈ ਹੈ। ਸਰ ਅੱਜ ਬੱਸ ਸਰਵਿਸਿਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਹਦਾਇਤਾਂ ਜਾਰੀ ਹੋਈਆਂ? ਬੱਸ ਸਰਵਿਸ ਅੱਜ ਕਿਸਾਨਾਂ ਦੇ ਬੰਦ ਕਰਕੇ ਬੰਦ ਕੀਤੀ ਗਈ ਹੈ ਜੀ। ਕਿਤੇ ਵੀ ਕਿਸੇ ਕੋਈ ਰੂਟ 'ਤੇ ਬੱਸ ਨਹੀਂ, ਕਿਸੇ ਪਾਸੇ ਕੋਈ ਬੱਸ ਨਹੀਂ ਗਈ। ਅੱਛਾ ਜੀ, ਕੀ ਕਹੋਗੇ ਭਾਰਤ ਬੰਦ ਨੂੰ ਲੈ ਕੇ, ਆ ਕੀ ਮੈਸੇਜ ਦੇਣਾ ਚਾਹੋਗੇ ਸ਼ਹਿਰ ਵਾਸੀਆਂ ਨੂੰ? ਭਾਰਤ ਬੰਦ ਕਿਸਾਨਾਂ ਕਰਕੇ ਹੋਇਆ ਜੀ, ਬਾਕੀ ਕਿਸਾਨਾਂ ਨੂੰ ਹਾਲੇ ਤੱਕ ਕੋਈ ਫਾਇਦਾ ਨਹੀਂ ਹੋ ਰਿਹਾ, 4 ਮਹੀਨੇ ਹੋ ਗਏ ਜੀ। ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ, ਤਾਂ ਕਿ ਕਿਸਾਨ ਆਪਣੇ ਵਾਸਤੇ ਕੰਮ ਕਰ ਰਹੇ ਨੇ ਸਾਰਾ। ਆਪਾਂ ਨੂੰ ਹਰ ਇੱਕ ਚੀਜ਼ ਸਸਤੀ ਮਿਲੇਗੀ, ਵੇਖੋ ਕਿੰਨੀ ਮਹਿੰਗਾਈ ਹੋ ਚੁੱਕੀ ਹੈ, ਪੈਟਰੋਲ ਵੇਖ ਲਓ, ਦੂਸਰਾ ਤੇਲ, ਆਮ ਜਿਹੜਾ ਤੇਲ ਜਨਤਾ ਦੇ ਵਰਤਣ ਵਾਲਾ ਉਹ ਵੀ ਵੇਖ ਲਓ, ਡੀਜ਼ਲ ਵੇਖ ਲਓ, ਹਰ ਇੱਕ ਚੀਜ਼ ਮਹਿੰਗੀ ਮਹਿੰਗੀ ਹੋਈ ਜਾ ਰਹੀ ਹੈ। ਸਰਕਾਰ ਕੁਛ ਵੀ ਨਹੀਂ ਸੋਚ ਰਹੀ, ਕਿਸਾਨਾਂ ਦਾ ਸਮਰਥਨ ਦਿਓ ਅਤੇ ਕਿਸਾਨਾਂ ਦੇ ਨਾਲ ਸਹਿਯੋਗ ਦਿਓ ਪੂਰਾ। ਮੈਂ ਆਪਣੇ ਦੇਸ਼ ਵਾਸੀਆਂ ਨੂੰ ਅਤੇ ਆਪਣੇ ਸ਼ਹਿਰ ਦੇ ਨਿਵਾਸੀਆਂ ਦਾ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਕਿਸਾਨਾਂ ਦੇ ਨਾਲ ਹਮਾਇਤ ਦੇ ਕੇ ਇਸ ਭਾਰਤ ਬੰਦ ਦੇ ਸੱਦੇ ਨੂੰ ਸਹਿਯੋਗ ਦਿੱਤਾ ਅਤੇ ਸੈਂਟਰ ਦੀ ਸਰਕਾਰ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਆ। ਵਧੀਆਂ ਹੋਈਆਂ ਤੇਲ ਦੀਆਂ ਕੀਮਤਾਂ ਅਤੇ 3 ਕਾਲੇ ਕਾਨੂੰਨ ਰੱਦ ਕਰਾਉਣਾ ਨੇ, ਇਹ ਭਾਰਤ ਬੰਦ ਦਾ ਸੱਦਾ ਸੀ, ਉਹਨੂੰ ਮੁਕੰਮਲ ਸਿਰੇ ਚਾੜਿਆ ਨੇ। ਇਹ ਜਨਾਬ, ਅਸੀਂ ਨਾ ਸੁਬਹਾ ਆ ਗਏ, ਸਾਡੀ 4:10 'ਤੇ ਚੰਡੀਗੜ੍ਹ ਜਾਂਦੀ ਪਹਿਲੀ, ਦੂਜੀ 4:30 ਜਲੰਧਰ ਵਾਸਤੇ। ਇਹ ਸਵਾਰੀ ਇੱਕ ਵੀ ਨਹੀਂ ਸੀ ਬਿਲਕੁਲ, ਸੁਬਹਾ ਤੋਂ ਲੈ ਕੇ ਹੁਣ ਤੱਕ ਪੂਰਾ ਸਟਾਫ ਹਾਜ਼ਰ ਹੈ ਅਤੇ ਬੱਸ ਕੋਈ ਵੀ ਨਹੀਂ ਨਿਕਲੀ ਅਤੇ ਸਵਾਰੀ ਹੈ ਨਹੀਂ ਗੀ, ਇਸੇ ਕਰਕੇ ਨਹੀਂ ਨਿਕਲੀ ਜੀ। ਅੱਜ ਭਾਰਤ ਬੰਦ ਦੀ ਕਾਲ ਵੀ ਦਿੱਤੀ ਗਈ ਕਿਸਾਨਾਂ ਵੱਲੋਂ, ਉਹਨੂੰ ਲੈ ਕੇ ਕੀ ਕਹੋਗੇ? ਉਹ ਤਾਂ ਚੰਗੀ ਗੱਲ ਹੈ ਜੀ, ਉਹ ਤਾਂ ਅੰਨਦਾਤਾ ਹੈ, ਉਹਦੇ ਨਾਲ ਤਾਂ ਸਭ ਨੂੰ ਖੜਨਾ ਚਾਹੀਦਾ ਆ। ਅਤੇ ਬਾਕੀ ਇੰਨਾ ਹੈਗਾ, ਅਸੀਂ ਤਾਂ ਰੂਲ ਮੁਤਾਬਕ ਜਿਵੇਂ ਆ ਸਟਾਫ ਸਾਡਾ ਹਾਜ਼ਰ ਹੈ ਅਤੇ ਅਸੀਂ ਤਾਂ ਨਹੀਂ, ਸਵਾਰੀ ਰੋਡ 'ਤੇ ਹੈਗੀ ਨਹੀਂ ਆਈ ਅਤੇ ਅਸੀਂ ਨਹੀਂ ਗਏ। ਉਸ ਤੋਂ ਬਾਅਦ ਚਲੋ ਠੀਕ ਆ, ਸਮਰਥਨ 'ਚ ਚਾਹੀਦਾ, ਸਮਰਥਨ ਤਾਂ ਚਾਹੀਦਾ ਸਾਰੇ ਦੇਸ਼ ਨੂੰ, ਚੰਗੀ ਗੱਲ ਆ, ਸਵਾਰੀ ਵੀ ਨਾ ਨਿਕਲੇ ਸਟਾ। ਦੂਜੀ ਗੱਲ ਆ ਵੀ ਰਸਤੇ 'ਚ ਖਰਾਬ ਹੀ ਹੋਣਾ ਹੈ ਅਤੇ ਦੁਕਾਨਦਾਰ ਦੁਕਾਨ ਨਾ ਖੋਲ੍ਹਣ, ਚੰਗੀ ਗੱਲ ਆ, ਅਤੇ ਇਹ ਸਾਰੇ ਫਾਇਦੇ ਵਾਸਤੇ ਹੀ ਆ ਜੀ, ਹਰੇਕ ਗਰੀਬ ਅਮੀਰ ਦੇ ਵਾਸਤੇ ਜੀ। ਅੱਜ ਦਾ ਜੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਦਿੱਤੀ ਗਈ ਹੈ, ਪੂਰਾ ਭਾਰਤ ਜਿਹੜਾ ਕਾਲੇ ਕਾਨੂੰਨਾਂ ਦੇ ਵਿਰੁੱਧ ਜਿਹੜਾ ਉਹ ਬੰਦ ਰੱਖਿਆ ਜਾਊਗਾ 6 ਤੋਂ ਸ਼ਾਮ 6 ਵਜੇ ਤੱਕ, ਸੁਬਹਾ 6 ਵਜੇ ਤੋਂ। ਉਹਦੇ ਵਿੱਚ ਰੇਲਾਂ ਵੀ ਰੋਕੀਆਂ ਜਾਣਗੀਆਂ ਅਤੇ ਜਿਹੜਾ ਆਮ ਰੋਡ ਹੈ ਉਹ ਵੀ, ਅਤੇ ਉਹਦੇ ਤੋਂ ਇਲਾਵਾ ਜਿਹੜਾ ਪੂਰੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਵੀ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਅੱਜ ਜਿਹੜੇ ਆ ਆਪਣੇ ਜਿਹੜੇ ਕਾਰੋਬਾਰੀ ਅਦਾਰੇ ਉਹ ਬੰਦ ਰੱਖ ਕੇ ਅਤੇ ਇਸ ਜਿਹੜਾ ਸੰਘਰਸ਼ ਦਾ ਸਮਰਥਨ ਕੀਤਾ ਜਾਵੇ। ਹਾਂਜੀ, ਅੱਜ ਜਿਹੜਾ ਅੱਜ ਦਾ ਰੇਲ ਰੋਕੋ ਪ੍ਰੋਗਰਾਮ ਹੈ, ਇੱਥੋਂ 8:40 'ਤੇ ਜਿਹੜੀ ਟ੍ਰੇਨ ਜਾਣੀ ਸੀ ਰਵਾੜੀ ਲਈ, ਉਹ ਜਿਹੜੀ ਆ ਉਹਨੂੰ ਨਹੀਂ ਚੱਲਣ ਦਿੱਤਾ ਜਾਊਗਾ। ਸੰਯੁਕਤ ਕਿਸਾਨ ਮੋਰਚੇ ਦੀ ਕਾਲ ਮੁਤਾਬਕ ਤਾਂ ਪੂਰੇ ਦੇਸ਼ 'ਚ ਹੀ ਜਿਹੜੀਆਂ ਰੇਲਾਂ ਦੀ ਜਿਹੜੀ ਆਵਾਜਾਈ ਅਤੇ ਟਰਾਂਸਪੋਰਟ ਵਾਲਿਆਂ ਨੇ ਤਾਂ ਵੈਸੇ ਹੀ ਕਾਲ ਦੇ ਦਿੱਤੀ ਹੈ ਵੀ ਅਸੀਂ ਬੰਦ ਰੱਖਾਂਗੇ, ਅਤੇ ਰੇਲਵੇ ਜਿਹੜੀ ਆ ਉਹ ਕਿਸਾਨਾਂ ਵੱਲੋਂ ਰੋਕੀਆਂ ਜਾਣਗੀਆਂ ਅਤੇ ਇੱਥੋਂ ਵੀ ਜਿਹੜਾ 8:40 'ਤੇ ਜਾਣ ਵਾਲੀ ਟ੍ਰੇਨ ਨੂੰ ਨਹੀਂ ਜਾਣ ਜੀ। ਕਿਆ ਕਹੇਗੇ, ਕਿਸ ਤਰ੍ਹਾਂ ਕੀ ਪੋਜੀਸ਼ਨ ਹੈ ਅੱਜ, ਰਵਾੜੀ ਵਾਲੀ ਗਾੜੀ ਜਾਏਗੀ ਨਹੀਂ ਜਾਏਗੀ? ਅਭੀ ਗੇਟ ਨੰਬਰ 67 ਪੇ ਕੁਛ ਲੋਗੋਂ ਨੇ ਧਰਨਾ ਦਿਆ ਹੁਆ ਹੈ, ਜੈਸੇ ਹੀ ਵੋ ਕਲੀਅਰ ਹੋਗਾ ਤੋ ਮਤਲਬ ਕੰਟਰੋਲ ਜੋ ਵੀ ਆਦੇ ਸੀ ਕਹਿੰਦੇ ਸਰਦਾਰੀ ਨਹੀਂ ਆਏਗੀ ਜੀ। ਕਿਆ ਪੋਜੀਸ਼ਨ ਰਹੇਗੀ ਫਿਰ, ਜੋ ਵੀ ਉੱਪਰ ਸੇ ਕੰਟਰੋਲ ਆਫਿਸ ਸੇ ਆਦੇਸ਼ ਆਏਗਾ ਉਸਕਾ ਪਾਲਨ ਕੀਜੀਏ ਜੀ। ਤੋ ਜੋ ਯਾਤਰੀ ਯਹਾਂ ਪਰ ਬੈਠੇ ਹੈ ਉਨਕੋ ਲੇਕਰ ਕਿਆ ਕਹੇਂਗੇ, ਕਿਤਨੀ ਦੇਰ ਇੰਤਜ਼ਾਰ ਕਰਨਾ? ਯਾਤਰੀਓਂ ਕੋ ਅਭੀ ਮਤਲਬ ਥੋੜਾ ਇੰਤਜ਼ਾਰ ਕਰਨਾ ਹੋਗਾ, ਔਰ ਅਭੀ ਟਿਕਟ ਜਾਰੀ ਨਹੀਂ ਕੀਤਾ ਗਿਆ ਹੈ, ਜਬ ਜੈਸੇ ਹੀ ਕੋਈ ਆਦੇਸ਼ ਆਏਗਾ ਤੁਸੀਂ ਅਨੁਸਾਰ ਵਿਵਸਥਾ ਕੀਜੀਏ। ਸੋ ਕਿਸਾਨਾਂ ਦੇ ਵੱਲੋਂ ਅੱਜ ਜੋ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਚੱਲਦੇ ਅੱਜ ਭਾਰਤ ਬੰਦ ਦਾ ਜੋ ਸਮਰਥਨ ਮਿਲ ਰਿਹਾ ਹੈ ਕਿਸਾਨਾਂ ਨੂੰ, ਤੇ ਅਲੱਗ-ਅਲੱਗ ਵੱਖ-ਵੱਖ ਥਾਵਾਂ ਦੇ ਉੱਤੇ
जो है बंद का असर देखने मिल रहा, तो किसानों के वलों लगातार जो है लगातार सरकार के खिलाफ जो है प्रदर्शन लगाए जाते हैं, सरकार जो सुती पई सरकार है उसनों जगाने के लिए वक् वक् पैंतरे अपनाए जाते हैं ताकि केंद्र सरकार उन्हां दीआं मंगां पूरियां कर दे, पर केंद्र सरकार अपने अड़ियल रवैये ते अड़ी हुई है। तो किसानों की इक्को मंग है कि उन्होंने जो ये खेती कानून ने यह वापस ले जाण, तां हुण देखना होगा कदों तक जो किसानों दीआं मंगां पूरियां होंदियां ने। हुण दे लई फिलहाल इन्ना ही, मैनूं दे इजाजत, देश अते दुनिया दे तमाम खबरां दे लई जुड़े रहो स्काई न्यूज़ पंजाब दे नाल।